ਬਲੀਡਿੰਗ ਜਗੀ ਹੈ ਤੁਹਾਡੀ ਧੀ ਦੇ ਆ ਸਾਰਾ ਸਿਰ ਜਿਹੜਾ ਮੈਂ ਕਿੰਨੇ ਵੀ ਵੇਖੇ ਪਾਸੀ ਸਾਹਿਬ ਕੱਲ ਕੁੜੀ ਨੇ ਡਰਦੀ ਨੇ ਦੱਸਿਆ ਨਹੀਂ ਮੇਰੀ ਮਾਂ ਨੇ ਮਰ ਜਾਣਾ ਇਹਨੇ ਲਾਦਾ ਨਾ ਪਾਲੀ ਸਿਰ ਪਾਟਾ ਪਿਆ ਸਾਰਾ ਸਰੀਰ ਜਿਹੜਾ ਲਹੂ ਲਹਾਣ ਹੋਇਆ ਪਿਆ ਭਾਜੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਕਿ ਉਹ ਵੀਡੀਓ ਬਣਾਈ ਕਿੰਨੇ ਸੀ ਉਹ ਵੀਡੀਓ ਬਣਾਈ ਬੰਦਾ ਬਹੁਤ ਝੂਠਾ ਵੇ ਇਹਨੂੰ ਇਹਦੇ ਹੱਥ ਵਿੱਚ ਹੁਣ ਕੁਛ ਨਹੀਂ ਇਹ ਚਾਰ ਕੇਸ ਤੇ ਇਹਦੇ ਫਰਿੰਡਾਂ ਨੇ ਪਾਏ ਨੇ बस इस शो इस वे स्टोरी कंप्लीट करने जा रहे हैं और वन साइड स्टोरी कल और सत्कारयोग भैन जी जिस भैन ने अपनी धी को जन्म दिता ज अपने बच्चों जन्म दिता तो उन्होंने बच्चों लुक आफ्टर किया बड़े किया बड़े होकर बच्चों का ब्याह किया ज बच्चे अपनी मर्जी ने ब्याह कराने मन जिहड़ा है वह तुसीं जानदे हो किन्ना खट्टा ही नहीं हुंदा और किन्ना दुखी हुंदा जदों मां दे बच्चे जिहड़े ने वह ब्याह तो बाद ਘਰੋ ਘਰ ਭੇਜ ਜਾਂਦੇ ਨੇ ਤੇ ਉਹ ਸੁੱਖ ਨਾ ਪਾਉਣ ਖਾਸ ਕਰਕੇ ਧੀ ਦਾ ਦੁੱਖ ਮਾਂ ਨੂੰ ਸਾਰੀ ਉਮਰ ਹੀ ਰਹਿੰਦਾ ਹੈ ਚਾਹੇ ਧੀ ਹੈ ਚਾਹੇ ਪੁੱਤ ਹੈ ਇਹ ਗੱਲ ਸੱਚੀ ਹੈ ਮਾਂ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਕੰਡੀਸ਼ਨ ਤੋਂ ਅਨਕੰਡੀਸ਼ਨਲ ਪਿਆਰ ਕਰਦੀ ਹੈ ਮਾਂ ਕਦੇ ਨਹੀਂ ਕਹੂਗੀ ਜੇ ਤੂੰ ਮੈਨੂੰ ਆਹ ਚੀਜ਼ ਲਿਆ ਕੇ ਦਊਗੀ ਤਾਂ ਮੈਂ ਤੈਨੂੰ ਪਿਆਰ ਕਰਨਾ ਮਾਂ ਨੇ ਕਦੇ ਕਿਹਾ ਮਾਂ ਕਦੇ ਵੀ ਨਹੀਂ ਕਹੂਗੀ ਤਾਂ ਇਨਸਾਨ ਵੱਡੇ ਤੋਂ ਵੱਡਾ ਹੋਵੇ ਮਰ ਲੱਗਾ ਕੋਈ ਦਰਦ ਜਰ ਸਹਿੰਦਾ ਹੈ ਭਾਵੇਂ ਪੈਰ ਦੇ ਵਿੱਚ ਕੰਡਾ ਲੱਗਦਾ ਹੈ ਆਪਰੇਸ਼ਨ ਹੁੰਦਾ ਹੈ ਹਮੇਸ਼ਾ ਕਹੂਗਾ ਹਾਏ ਮਾਂ ਕਿਉਂਕਿ ਮਾਂ ਦਾ ਨਾੜੂ ਜੁੜਿਆ ਹੋਇਆ ਪੁੱਤ ਅਤੇ ਧੀ ਦੇ ਨਾਲ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਿੰਨੀ ਪੀੜ ਦੇ ਨਾਲ ਇਸ ਸੰਸਾਰ ਵਿੱਚ ਲੈ ਕੇ ਆਉਂਦਾ ਤਾਂ ਜੇ ਉਹ ਬੱਚੇ ਜਿਹੜੇ ਨੇ ਇੱਕ ਪੁੱਤ ਬਣ ਜਾਣ ਤਾਂ ਕਿੰਨਾ ਮਾਂ ਦਾ ਮਨ ਦੁਖੀ ਹੋਵੇਗਾ ਸਾਡੀ ਭੈਣ ਸਤਿਕਾਰਯੋਗ ਸੁਖਵਿੰਦਰ ਕੌਰ ਨੇ ਇਹਨਾਂ ਨੂੰ ਪਿਆਰ ਨਾਲ ਸੁੱਖੀ ਜੀ ਕਹਿੰਦੇ ਨੇ ਭੈਣ ਜੀ ਤੁਹਾਨੂੰ ਜੀ ਹਾਂ ਸਤਿ ਸ੍ਰੀ ਅਕਾਲ ਤੁਸੀਂ ਪਹਿਲਾਂ ਕਬੂਲ ਕਰੋ ਮੇਰੀ आप जी काफी लंबे समय तो भैन जी रह रहे हो अमेरिका च हां जी 93 दे 1997 ਵਿਚ ਅਸੀਂ ਫਿਰ ਇਹਨਾਂ ਨਾਲ ਗੜਬੜ ਹੋ ਗਈ ਸੀ ਬੇਟੀ ਨਾਲ ਇਹਨੇ ਇੰਡੀਆ ਗਈ ਸੀ ਤੇ ਜਦੋਂ ਵਿਆਹ ਹੋ ਗਿਆ ਤੇ ਮੇਰੇ ਹਸਬੈਂਡ ਕਹਿੰਦੇ ਨੇ ਮੈਂ ਇਸ ਏਰੀਏ ਚ ਨੀ ਰਹਿਣਾ ਇਹਦੀ ਯੂਨੀਵਰਸਿਟੀ ਚ ਕੁੜੀ ਪੜ੍ਹਦੀ ਸੀ ਕਾਲ ਸਟੇਟ ਯੂਨੀਵਰਸਿਟੀ ਤੋਂ ਕਹਿੰਦੀ ਸੀ ਇੱਕ ਮੇਰੇ ਹਸਬੈਂਡ ਕਹਿੰਦੇ ਸੀ ਸਾਡੇ ਮੱਥੇ ਲੱਗਣਗੇ ਇੱਦਾਂ ਵੇ ਇੱਦਾਂ ਵੇ ਮੈਂ ਨੀ ਇੱਥੇ ਰਹਿਣਾ ਤੇ ਫਿਰ ਆਪਾਂ ਸਾਨੂੰ ਇੱਕ ਮੁੰਡੇ ਦਾ ਮੈਂ ਪ੍ਰੀਤਿਕ ਸਟੇਜ ਵਿੱਚ ਨਿਊਯਾਰਕ ਤੋਂ ਆਇਆ ਸੀ ਤੇ ਮੈਂ ਇੱਥੇ ਘਰ ਦੇ ਪੇਪਰ ਭਰੇ ਸੀ ਤੇ ਉਹਨੇ ਸਾਨੂੰ ਫਿਰ ਸਟੋਰ ਲੈਤਾ ਸੀ ਨਵਾਡਾ ਵਿੱਚ ਤੇ ਅਸੀਂ ਮੂਵ ਹੋ ਗਏ ਸੀ ਫਿਰ ਤੇ ਅਸੀਂ ਸਟੋਰ ਹੀ ਮੈਂ ਕੀਤਾ ਸੀ ਬਸ ਤੇ 13 ਚ ਥੋੜਾ ਜਿਹਾ ਸਾਡਾ ਅਸੀਂ ਸਟੋਰ ਲੋਸ ਹੋ ਗਏ ਤੇ ਫਿਰ ਅਸੀਂ ਫਿਰ ਵਾਪਸ ਇੱਥੇ ਆ ਗਏ ਤੁਸੀਂ ਹੁਣ ਟ੍ਰੇਸੀ ਸ਼ਹਿਰ ਹੈ ਕੈਲੀਫੋਰਨੀਆ ਚ ਕੋਈ ਟ੍ਰੇਸੀ ਨਾਮ ਦਾ ਸ਼ਹਿਰ ਹੈ ਹਾਂਜੀ पैनल चो और असी थोड़े तो परमिशन लेनी चाहांगे आग्या आप जी तो कि तुसी मैनू आग्या दोगे इस स्टोरी नू कवर करन दी साडे पास हर तरह टेक्नोलॉजी है ਮੈਂ ਕਿ ਤੁਸੀਂ ਮੈਂ ਦੇਖਦੇ ਵੀ ਹੋ ਜਾਂ ਅੱਜ ਪਹਿਲੀ ਵਾਰ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਮੇਰੇ ਸ਼ੋਅ ਵਗੈਰਾ ਵੇਖਦੇ ਹੋ ਅਮਰੀਕਾ ਚ ਸ਼ੋਅ ਮੈਂ ਤੁਹਾਡਾ ਵੇਖਦੀ ਹਾਂ ਹਾਂਜੀ ਤੁਸੀਂ ਲਾਈਕ ਕਰਦੇ ਹੋ ਸ਼ੋਅ ਨੂੰ ਹਾਂਜੀ ਮੈਂ ਸ਼ੋਅ ਤੇ ਤੁਹਾਡਾ ਦੇਖਦੀ ਹਾਂ ਠੀਕ ਹੈ ਤੁਸੀਂ ਮੈਨੂੰ ਆਗਿਆ ਮੈਂ ਲੈਣੀ ਚਾਹਾਂਗਾ ਤੁਸੀਂ ਜੈਸ ਸਰ ਨੋ ਕਹੋਗੇ ਇੰਟਰਵਿਊ ਨੂੰ ਪ੍ਰੋਸੀਡ ਕਰ ਲਈ ਮੈਂ ਫੇਰ ਮੈਂ ਗੱਲ ਕਰ ਸਕਦਾ ਹਾਂਜੀ ਤੁਸੀਂ ਮੈਨੂੰ ਆਗਿਆ ਦਿਓ ਪ੍ਰੋਸੀਡ ਕਰਨ ਦੀ ਜੈਸ ਸਰ ਨੋ ਪਲੀਜ਼ ਯੈਸ ਸਰ ਪਲੀਜ਼ ਪ੍ਰੋਸੀਡ ਸੁਖਵਿੰਦਰ ਤੁਹਾਡਾ ਨਾਂ ਸੁਖਵਿੰਦਰ ਹੈ ਜਾਂ ਸੁਖਵਿੰਦਰ ਆ ਵਾਹਵੇ ਨਾਲ ਜਾਂ ਮੰਮੀ ਨਾਲ ਆ ਸੁਖਵਿੰਦਰ ਜੀ ਤੁਹਾਡਾ ਨਾਮ ਸੁਖਵਿੰਦਰ ਹੈ ਜਾਂ ਸੁਖਵਿੰਦਰ ਹੈ ਸੁਖਵਿੰਦਰ ਐਸ ਯੂ ਕੇ ਐਚ ਡਬਲਯੂ ਆਈ ਐਨ ਡੀ ਆ ਸੁਖਵਿੰਦਰ ਐਸ ਯੂ ਕੇ ਐਚ ਸੁਖਵਿੰਦਰ ਵਾਹਵੇ ਨਾਲ ਹੈ ਹਾਂਜੀ ਸੁਖਵਿੰਦਰ ਕੌਰ ਤੁਹਾਡਾ ਲਾਸਟ ਨੇਮ ਕੀ ਹੈ ਸੁਖਵਿੰਦਰ ਕੌਰ ਗੋਤ ਕੀ ਆਪ ਜੀ ਦਾ
ਅਸੀਂ ਕੋਈ ਲਾਸਟ ਨਹੀਂ ਲਾਂਦੇ ਠੀਕ ਹੈ ਨੋ ਪ੍ਰੋਬਲਮ ਸੁਖਿੰਦਰ ਭੈਣ ਜੀ ਤੁਹਾਨੂੰ ਪਿਆਰ ਨਾਲ ਸੁਖੀ ਜੀ ਕਹਿੰਦੇ ਨੇ ਔਰ ਤੁਸੀਂ 100 ਸੁੱਖ ਮੰਗਦੇ ਹੋ ਆਪਣੇ ਬੱਚਿਆਂ ਦੀ ਤੁਹਾਡੇ ਬੱਚੇ ਕਿੰਨੇ ਨੇ ਦੋ ਬੇਟੇ ਤੇ ਇੱਕ ਬੇਟੀ ਬੇਟੀ ਉਹਦਾ ਨਾਮ ਕੀ ਹੈ ਕਮਲਜੀਤ ਕਮਲਜੀਤ ਜੀ ਇਹਨੇ ਤੁਸੀਂ ਇੰਨੇ ਮਾੜੇ ਲੇਖ ਲਿਖ ਦਿੱਤੇ ਰੱਬ ਨੇ ਔਰ ਧੀ ਤੁਹਾਡੀ ਦੁਖੀ ਆ ਮੈਂ ਮਹਿਸੂਸ ਹੀ ਨਹੀਂ ਕੀਤਾ ਬਲਕਿ ਮੈਂ ਕੁਝ ਵੀਡੀਓ ਵੇਖੀਆਂ ਨੇ ਜਿਹੜੇ ਕਿ ਮੈਂ ਟੈਲੀਕਾਸਟ ਨਹੀਂ ਕਰ ਸਕਦਾ ਉਹ ਵੇਖ ਕੇ ਮੈਂ ਰਾਤ ਦਾ ਮੇਰਾ ਮਨ ਬੜਾ ਭਾਵਕ ਹੀ ਨਹੀਂ ਹੋਇਆ ਮਨ ਮੇਰਾ ਬਹੁਤ ਜ਼ਿਆਦਾ ਰੋਇਆ ਭੁੱਬਾ ਮਾਰ ਮਾਰ ਕੇ ਮੈਂ ਰੋਇਆ ਕਿ ਇੱਕ ਕਿਸੇ ਦੀ ਧੀ ਨਹੀਂ ਮੈਂ ਆਪਣੀ ਧੀ ਸਮਝੀ ਕਿ ਇੰਨੇ ਜ਼ਲੀਲ ਕੀਤਾ ਇਸ ਗੌਰਵ ਨਾਗੀ ਨੇ ਓ ਮਾਈ ਗੋਡ ਸੁਖਵਿੰਦਰ ਹਾਊ ਯੂ ਹੀਅਰ ਦੈਟ ਤੁਸੀਂ ਆਪਣਾ ਦਿਲ ਦਾ ਟੁਕੜਾ ਇਸ ਬੱਚੇ ਨੂੰ ਕਿਉਂ ਸੰਭਾਲਿਆ ਕਮ ਔਨ ਟੈਲ ਮੀ ਟਰੂ ਇੰਨੀ ਤੁਹਾਡੀ ਧੀ ਦੁਖੀ ਆ ਤੁਹਾਡੀ ਧੀ ਦੇ ਸਿਰ ਦੇ ਉੱਪਰ ਪਤਾ ਨਹੀਂ ਜ਼ਖਮ ਕੀਤੀ ਆ ਸਾਰਾ ਸਰੀਰ ਜਿਹੜਾ ਆ ਉਹ ਲਹੂ ਨਾਲ ਨਿਬੜਿਆ ਪਿਆ ਆ ਮੇਰੀਏ ਭੈਣੇ ਤੂੰ ਆਪਣੇ ਜ਼ਿਗਰ ਦਾ ਟੋਟਾ ਇਸ ਵਿਅਕਤੀ ਨੂੰ ਦੇ ਕੇ ਪਛਤਾ ਨਹੀਂ ਰਹੀ ਮੈਂ ਥੋੜਾ ਬਾਸੀ ਸਾਹਿਬ ਦਿੱਤਾ ਵੇ ਕੁੜੀ 23 ਸਾਲ ਦੀ ਸੀ ਤੇ ਕੋਈ ਫਰੈਂਡ ਦੀ ਸਾਡੇ ਆਪਣੇ ਰਿਲੇਟਿਵ ਦੀ ਕੋਈ ਉੱਥੇ ਵਿਆਹ ਸੀ ਤੇ ਪਹਿਲੀ ਵਾਰੀ ਇੰਡੀਆ ਗਈ ਸੀ ਤੇ ਉੱਥੇ ਇਹਨਾਂ ਨੇ ਕਰਕੇ ਸਾਰਾ ਕੁਝ ਤੇ ਤਾਂ ਇੱਥੇ ਸਾਨੂੰ ਦੱਸਿਆ ਇਹਨੇ ਫਾਂਸੀ ਲੈ ਲਈ ਤੇ ਕਹਿੰਦਾ ਤੇ ਕੁੜੀ ਨੇ ਵਿਚਾਰੀ ਸਾਨੂੰ ਭੁੱਲ ਗਈ ਸਾਰਾ ਕੁਝ ਕਹਿੰਦੀ ਮੈਂ ਤੇਰੇ ਨਾਂ ਦਾ ਹੀ ਚੂੜਾ ਪਾਵਾਂਗੀ ਇਹਨੇ ਇਹਨੂੰ ਫਸਾ ਲਿਆ ਇਹ ਕਿਧਰੇ ਸੰਤੋਖਪੁਰਾ ਦੇਵੀ ਤਲਾਬ ਕੋਲ ਰਹਿੰਦਾ ਤੇ ਮਾਡਲ ਟਾਊਨ ਮੇਰੇ ਬ੍ਰਦਰ ਤੇ ਸਾਡੀਆਂ ਕੋਠੀਆਂ ਨੇ ਤੇ ਕੋ ਮੇਰੇ ਬ੍ਰਦਰ ਦੀ ਬੇਟੀ ਦਾ ਬਰਥਡੇ ਸੀ ਤੇ ਉੱਥੇ ਪ੍ਰਕਾਸ਼ ਬੇਕਰੀ ਮਾਡਲ ਟਾਉਣੇ ਕੁੜੀ ਕੇਕ ਲੈਣ ਆਈ ਤੇ ਉੱਥੇ ਖੜਾ ਸੀ ਇਹ ਫਿਰਦਾ ਤੁਰਦਾ ਰਹਿੰਦਾ ਸੀ ਪੰਜ ਛੇ ਪੜੇ ਆ ਵੀ ਐਵੇਂ ਵਾਲਾ ਗਰਦੀ ਕਰਦਾ ਕੁਛ ਨੀ ਕਰਦਾ ਏ ਤੇ ਏਦਾਂ ਹੀ ਤੁਰਿਆ ਫਿਰਦਾ ਕਿੰਨਾ ਫਾਸਲਾ ਅਜੇ ਤੱਕ 15 ਸਾਲਾਂ ਚ ਮੈਂ ਇਹਦਾ ਘਰ ਨੀ ਲੱਭ ਸਕਦੀ ਜਿੱਥੇ ਗੁੰਜਲ ਗਲੀ ਚ ਇਹਦਾ ਘਰ ਏ ਤੇ ਕੁੜੀ ਨੇ ਆਣ ਕੇ ਇਹਦੀ ਸੱਸ ਕਹਿੰਦੀ ਆ ਜਾ ਮੇਰੇ ਮੁੰਡੇ ਨੂੰ ਬਚਾ ਲੈ ਇਹਨੇ ਮੈਂ ਅਮਰੀਕਾ ਦੇ ਲਾਲਚ ਨਾਲ ਵਿਆਹ ਕਰ ਲਿਆ ਤੇ ਕਹਿੰਦੀ ਆ ਜਾ ਮੇਰੇ ਮੁੰਡੇ ਨੂੰ ਤੂੰ ਬਚਾ ਸਕਦੀ ਤੇ ਜਿਹੜੇ ਸੰਤਾਂ ਨੂੰ ਮੰਨਦੇ ਸੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਭਿੱਖੋ ਵਾਲੇ ਤੇ ਮੇਰੀ ਕੁੜੀ ਨੇ ਕਿਹਾ ਮੈਂ ਤੇਰੇ ਨਾਂ ਦਾ ਚੂੜਾ ਪਾਵਾਂਗੀ ਸਭ ਕੁਛ ਭੁੱਲ ਗਈ ਅਸੀਂ ਇੰਨੇ ਪਿਆਰ ਨਾਲ ਕੁੜੀ ਨੂੰ ਪਾਲਿਆ ਸੀ ਸਾਡੀ ਖਾਨਦਾਨੀ ਚ ਪੇਰੈਂਟਸ ਵੱਲੋਂ ਤੇ ਸਹੁਰਿਆਂ ਵੱਲੋਂ ਇਹ ਸਭ ਨਾਲੋਂ ਵੱਡੀ ਸੀ ਤੇ ਇਹਨੂੰ ਅਸੀਂ ਰੀਝਾਂ ਨਾਲ ਪਾਲਿਆ ਸੀ ਤੇ ਐਂਡ ਰਿਜ਼ਲਟ ਇਹ ਵੀ ਇਹਨੇ ਆਪਣੀ ਮਰਜ਼ੀ ਨਾਲ ਕਰਿਆ ਤੇ ਕੁੜੀ ਨੇ ਆਣ ਕੇ ਜਦੋਂ ਐਲਬਮ ਦੱਸੀ ਸਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਮੇਰੇ ਹਸਬੈਂਡ ਫਿਰ 4 ਸਾਲ ਬੇਟੀ ਨੂੰ ਕਹਿੰਦਾ ਵੀ ਹੁਣ ਤੂੰ ਚਲੀ ਜਾ ਸਾਡੀ ਇੱਜ਼ਤ ਖਰਾਬ ਹੋ ਗਈ ਏ ਤੇ ਮੈਂ 4 ਸਾਲ ਇਹਦਾ ਸਾਥ ਦਿੰਦੀ ਰਹੀ ਹਾਂ ਕੁੜੀ ਫਿਰ ਇੰਡੀਆ ਰਹੀ ਸਾਲ ਮੈਂ ਸਟੋਰ ਚੋਂ ਪੈਸੇ ਕੱਢ ਕੱਢ ਕੇ ਇਹਨਾਂ ਨੂੰ ਦਿੰਦੀ ਰਹੀ ਸਾਰਾ ਕੁਛ ਕਰਦੀ ਰਹੀ ਹਾਂ ਤੇ ਉਹ ਇਹ ਬਸ ਇਹਨਾਂ ਨੇ ਆਪ ਵਿਆਹ ਕੀਤਾ ਵੀ ਸਾਨੂੰ ਨੀ ਪਤਾ ਆ ਇਹਨੇ ਆਪਣੇ ਮਾਮੇ ਨੂੰ ਪਿਓ ਦੀ ਜਗ੍ਹਾ ਤੇ ਖੜਾ ਕਰਕੇ ਸਾਰਾ ਕੁਛ ਇਹਨਾਂ ਕੀਤਾ ਸਾਨੂੰ ਤਾਂ ਪਤਾ ਹੀ ਨੀ ਬਾਸੀ ਸਾਹਿਬ ਜਦੋਂ ਅਮਰੀਕਾ ਚ ਕੁੜੀ ਨੇ ਆ ਕੇ ਐਲਬਮ ਦੱਸੀ ਰਿਸ਼ਤਾ ਆਇਆ ਤੇ ਅਸੀਂ ਕਿਹਾ ਕਹਿੰਦੀ ਮੰਮੀ ਆ ਮੇਰਾ ਵਿਆਹ ਕਰ ਲਿਆ ਕੋਰਟ ਮੈਰਿਜ ਇੰਡੀਆ ਤੇ ਅਸੀਂ ਤੇ ਹੈਰਾਨ ਹੋ ਗਏ ਓ ਆਈ ਸੀ ਅੱਛਾ ਇਸ ਬੱਚੀ ਦੀ ਤੁਹਾਡੀ ਦੀ ਧੀ ਰਾਣੀ ਦੀ ਉਮਰ 21 ਸਾਲ ਸੀ ਤੇ ਇਹ ਮੁੰਡਾ ਛੋਟੀ ਉਮਰ ਦਾ ਸੀ 19 ਸਾਲ ਦਾ ਸੀ ਇਹ ਸੱਚ ਹੈ 19 ਸਾਲ ਦਾ ਬਾਸੀ ਸਾਹਿਬ ਨਹੀਂ ਇਹਦਾ 85 ਦਾ ਬੋਰਨ ਨੇ ਤੇ 2006 ਵਿੱਚ ਇਹਨੇ ਵਿਆਹ ਕਰਾਇਆ ਤੇ ਕੁੜੀ 83 ਦੀ ਬੋਰਨ ਨੇ ਤੇ ਇਹ ਇਹ 19 ਸਾਲਾਂ ਦਾ ਥੋੜਾ ਬੰਦਾ 21 ਸਾਲ ਦਾ ਬੰਦਾ ਮਤਲਬ ਕੋਈ ਬਹੁਤਾ ਫਰਕ ਨਹੀਂ ਜਿਹੜਾ ਛੋਟ ਤੋਂ ਮਤਲਬ ਇੱਕ ਸਾਲ ਦਾ ਫਰਕ 3 ਸਾਲ ਦਾ ਹੈ 3 ਸਾਲ ਦਾ ਫਰਕ ਹੈ ਹਾਂਜੀ ਆਈ ਸੀ ਅੱਛਾ ਇਹਨੇ ਸ਼ਾਦੀ ਆਪਣੀ ਮਰਜ਼ੀ ਨਾਲ ਕਰਾ ਲਈ ਜਦੋਂ ਪਤਾ ਲੱਗਾ ਤੁਹਾਡੇ ਘਰ ਵਾਲੇ ਨੇ ਤੁਹਾਨੂੰ ਕੁਦਰਤੀ ਗੱਲ ਹੈ ਜ਼ਮੀਨ ਪੈਰਾਂ ਹੇਠੋਂ ਨਿਕਲ ਜਾਣਾ ਇਹ ਲੋਕਾਂ ਦੱਸ ਜਿਹੜੇ ਕੈਨੇਡੀਅਨ ਜਿਹੜੇ ਬੋਰਨ ਬੱਚੇ ਨੇ ਕਿ ਇੱਕਦਮ ਘਬਰਾ ਜਾਣਾ ਕਿ ਇਹ ਕੀ ਹੋ ਗਿਆ ਕਿ ਨਹੀਂ ਬੇਟੀ ਮੇਰੀ ਤੇ ਇੱਥੇ ਤੁਸੀਂ ਸਾਰੇ ਕੈਲੀਫੋਰਨੀਆ ਚ ਕਿਤੇ ਵੀ ਰਿਲੇਟਿਵ ਚ ਪੁੱਛ ਸਕਦੇ ਉਹਨੂੰ ਇਦਾਂ ਦਾ ਕੋਈ ਨੀ ਹੈ ਪਤਾ ਨੀ ਕੀ ਬੈਡ ਦੀ ਲੱਕ ਹੋਈ ਤੇ ਕੁੜੀ ਕਿਧਰੇ ਇਦਾਂ ਦੀ ਨਹੀਂ ਹੈ ਵੀ ਕਿਸੇ ਵੱਲ ਮੁੰਡੇ ਵੱਲ ਵੇਖੇ ਉਹਨੂੰ ਇਦਾਂ ਦੀ ਚੀਜ਼ ਨਹੀਂ ਸੀ ਹੈਗੀ ਤੇ ਅੱਛਾ ਜਦੋਂ ਕੁੜੀ ਫਿਰ ਸ਼ਾਦੀ ਹੋ ਗਈ ਤੁਹਾਨੂੰ ਸ਼ਾਦੀ ਕਰਾ ਕੇ ਦੱਸਿਆ ਕਿ ਮੇਰੀ ਸ਼ਾਦੀ ਹੋ ਗਈ ਇੰਡੀਆ ਚ ਨਹੀਂ ਨਾ ਇਹਨਾਂ ਨੇ ਕਿਸੇ ਨੇ ਦੱਸਿਆ ਹੀ ਨਹੀਂ ਤੁਹਾਡਾ ਸ਼ੋਅ ਤੇ ਮੈਂ ਦੋ ਵਾਰੀ ਵੇਖਿਆ ਸੋਰੀ ਮੈਂ ਤੁਹਾਡਾ ਟਾਈਮ ਲੈਣ ਲੱਗਾ ਥੋੜਾ ਜਿਹਾ ਮੈਨੂੰ ਐਕਚੁਅਲ ਸਟੋਰੀ ਦਾ ਨਹੀਂ ਪਤਾ ਵੀ ਇਹਨੇ ਕੀ ਕਿਹਾ ਉੱਥੇ ਜਾਂ ਕੀ ਨਹੀਂ ਕਿਹਾ ਮੈਂ ਐਕਚੁਅਲ ਉਹ ਮੈਂ ਵੇਖਾਂਗਾ ਵੀ ਵੀਡੀਓ ਨਾਲ ਰਿਕਾਰਡ ਕੀਤਾ ਹੈ ਵੀ ਕਰਕੇ ਮੈਂ ਤੁਹਾਡੇ ਕੋਲ ਦੁਬਾਰਾ ਗੱਲ ਆਨਲਾਈਨ ਕਰਨੀ ਚਾਹਾਂਗਾ ਮੈਨੂੰ ਟਾਈਮ ਦਿਓ ਜੇ
कोई 15-20 मिनट बाद मैं अपने बारे ये बारे दसांगा भी ये बंदा की है जी। इंडिया दे विच किन्ना कु करोड़पति है ते किन्नियां भाई जेलां कट चुकिया उत्थे ते किहड़े किहड़े काम करदा रहा। हां जी इहदे ताए चाचे करोड़पति ने ते भुखे मरदे पए ने, इहनां कोल ते घर भी नहीं सी, सारा स्टोर अद्धा ते 2-3 लख रुपया तसी कमा चुके इहदे उत्ते अपनी मासी आई सी उसे मेनु चोरी ने अपना नंबर देता तो मैं फिर कॉल करता तो थोड़ी भैन जी इंडिया में है तो सारे हिपवाड़े पाए ने थोड़ी कुड़ी रिलेशन बनाए तो अपने घर सदी रही सच्ची गल है। नहीं एक मिनट सुनियो, ये जदू बाहर खड़ा सी ते वैसे चलो सोहना हैगा ते मेरी भतीजी सी ते मेरी कुड़ी बेचारी रहिंदी इत्थे ना ये अमेरिका च भी नहीं इदां दी इहने कोई हरकत कीती ते उह कहिंदी किन्ना सोहना, मेरी बेटी ने कहा कहिंदी मुंडा किड्डा सोहना ते उह मेरी भतीजी कहिंदी फिर कहिंदे आ पिछे पै गया बस कुछ भी नहीं असा मेरी सिस्टर ने कोई साथ नहीं दिता ये आप ही करदा रहा वे भी बारो बार इदां कुछ ये चलाकियां बहुत खेडदा वे रोल है जरूर आप फिर अपनी मासी घर रही सी ते बहाने लै जाता पी जिदा ये बाहरों आए हो रिलेटिव कहंदे ने तुसी घूमो फिरो ते मेरी सिस्टर दे कहानी का पता ही नहीं सी जदों बिल्कुल एंड रिजल्ट तक पहुंच गए ही ते फिर मेरी सिस्टर पता लगा ते उहदे डर गई मेरे हसबैंड तो ते सारी खानदानी तो भी साडी खानदान चीवे की गल नहीं हुई ते आ की हो गया चली गई ये तो सारा कुछ इन्हें इंटरफेयर करिए जांदे सी ते ओ बच्चियां दोनों ही मेरी ब्रदर दी सी ते ओ ए फिर मेरी सिस्टर नूं बाद च पता लगा जदों सब कहानी इदां इहने तुहाडे ते बहुत सारे दोष लाए ने और दोष जिहड़े मैनूं आप शर्मा दी कहंदे नूं ਤੁਸੀਂ ਕੱਲ ਸੁਣੇ ਹੋਣੇ ਆ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੋਸ਼ਾਂ ਬਾਰੇ? ਮੈਂ ਉਹਨੂੰ ਕਿਹਾ ਕਿ ਬੇਟਾ ਬਿਲਕੁਲ ਬਾਸੀ ਸਾਹਿਬ ਬਿਲਕੁਲ ਗਲਤ ਨੇ, ਅਸੀਂ ਖਾਨਦਾਨੀ ਬੰਦੇ ਅਸੀਂ ਕੋਈ ਇਵੇਂ ਦੇ ਨਹੀਂ, ਇਹਨੇ ਸਾਰੇ ਜੋ ਆਪ ਕੀਤੇ ਨੇ ਉਹ ਮੇਰਾ ਨਾਂ ਲਾਤਾ ਹੈ, ਉਹਦੀ ਜਗ੍ਹਾ ਤੇ ਇਹਦਾ ਨਾਮ ਹੀ ਆਂਦਾ ਸਭ ਕੁਝ ਤੁਹਾਨੂੰ ਤੁਸੀਂ ਦੇਖਿਆ ਇਹਦਾ। ਪਰ ਅਸੀਂ ਜਦੋਂ ਇਹਨੂੰ 4 ਸਾਲ ਮੇਰੇ ਹਸਬੈਂਡ ਬੋਲਦੇ ਨਹੀਂ ਰਹੇ ਤੇ ਮੈਂ ਇਹਨੂੰ ਇੱਥੇ ਅਮਰੀਕਾ 'ਚ ਪੇਪਰ ਭਰ ਕੇ ਲੈ ਕੇ ਆਈ ਆ, ਮੇਰੇ ਹਸਬੈਂਡ ਕਹਿੰਦੇ ਸੀ ਰਿਸ਼ਤੇਦਾਰਾਂ ਨੂੰ ਜੇ ਕਿਸੇ ਨੇ ਹੈਲਪ ਮੇਰੀ ਕੁੜੀ ਦੀ ਕੀਤੀ ਤੇ ਮੈਂ ਉਹਦੇ ਵਾਰ ਖਿਲਾਫ ਆ ਤੇ ਮੈਂ ਆਪਣੇ ਹਸਬੈਂਡ ਤੋਂ ਚੋਰੀ ਇਹਨਾਂ ਦਾ ਸਪੋਰਟ ਕਰਦੀ ਰਹੀ ਹਾਂ ਤੇ ਉਦੋਂ ਮੈਂ ਮਾੜੀ ਉਦੋਂ ਮੈਂ ਨਹੀਂ ਜਦੋਂ ਇਹਨੂੰ ਅਮਰੀਕਾ 'ਚ ਬੁਲਾਇਆ ਵੇ ਤੇ ਨਾਲੇ ਨੰਬਰ 2 ਕਹਿੰਦਾ ਵੇ ਦਿੱਲੀ ਆਉਣ ਜੋਗੇ ਦੇ ਜੋ ਕਿਰਾਇਆ ਨਹੀਂ ਸੀ ਤੇ ਇੱਕ ਡਾਲਰ ਵੀ ਨਹੀਂ ਸੀ ਜਦੋਂ ਅਮਰੀਕਾ 'ਚ ਆਇਆ ਵੇ ਤੇ ਨਾਲੇ ਨੰਬਰ 2 ਜਦੋਂ ਇਹ ਕਹਿੰਦਾ ਸ਼ਰਾਬ ਪੀਂਦੀ ਹੈ ਸਾਡੇ ਖਾਨਦਾਨੀ ਵਿੱਚ ਬੰਦੇ ਵੀ ਨਹੀਂ ਮੇਰੇ ਬੱਚੇ ਵੀ ਨਹੀਂ ਪੀਂਦੇ ਤੇ ਨਾਲੇ ਕਹਿੰਦਾ ਬੱਚੇ ਕੰਮ ਨਹੀਂ ਕਰਦੇ ਬੱਚੇ ਕੰਮ ਕਿਉਂ ਨਹੀਂ ਕਰਦੇ ਜਦੋਂ ਇਹਨੇ ਇੱਕ ਲਿਮੋ ਲਈ ਹੈ ਲਿਮੋ ਕੰਪਨੀ ਕਹਿੰਦਾ ਇਹਨੂੰ ਸੰਘ ਆਣੀ ਚਾਹੀਦੀ ਇੱਕ ਲਿਮੋ ਖਰੀਦੀ 10,000 ਦੀ ਤੇ ਮੇਰੇ ਬੱਚੇ ਵੱਡੇ ਨੇ 5,000 ਦਿੱਤਾ ਪੁੱਛੋ ਇਹਨੂੰ ਜੇ ਇਹਨੇ ਅਸੀਂ ਟ੍ਰੇਸੀ 'ਚ ਘਰ ਲਿਆ 1 ਸਾਲ ਹੋਇਆ ਤੇ ਫਿਰ 10,000 ਮੇਰੇ ਹਸਬੈਂਡ ਨੂੰ ਮੈਂ ਦਵਾਇਆ ਮੈਂ ਕਿਹਾ ਚੱਲ ਕੁੜੀ ਦਾ ਘਰ ਲੱਗ ਗਿਆ ਹੋ ਜਾਏਗਾ ਤੇ ਅਸੀਂ ਇਹਦਾ ਵਿਆਹ ਨਹੀਂ ਹੱਥੀ ਕੀਤਾ ਜਿੱਦਾਂ ਸਾਡੇ ਕਲਚਰ ਵਿੱਚ ਦਾਜ ਦੇਣ ਦਾ ਇੱਦਾਂ ਵੀ ਮੈਂ ਕਿਹਾ ਆਪਾਂ ਚੱਲ ਬਹਾਨੇ ਨਾਲ ਇਹਨੂੰ ਦੇ ਦਈਏ 10,000 ਇਹਦੇ ਫਰੈਂਡ ਨੇ ਦਿੱਤਾ 10 ਅਸੀਂ ਦਿੱਤਾ ਇੱਕ ਜਦੋਂ ਇਹਨੇ ਟਰੱਕ ਲਿਆ ਸੀ ਤੇ ਟਰੱਕ ਵਾਲੇ ਨਾਲ ਵੀ ਉਹ ਇੰਨਾ ਬੰਦਾ ਅਮੀਰ ਹੈ ਤੇ ਉਹਦੇ ਨਾਲ ਵੀ ਇਹਦੀ ਘਰਬਾਰ ਰਹਿੰਦੀ ਸੀ ਇੱਕ ਅਮਲੀ ਜੇ ਬੰਦੇ ਨੂੰ ਇਹਨੇ ਫੈਮਿਲੀ ਤੌਰ ਤੇ 1-2 ਮਹੀਨੇ ਆਪਣੇ ਘਰ ਰੱਖਿਆ ਤੇ ਦੋਡੇ ਥੀਮ ਸਭ ਕੁਝ ਖਾਂਦਾ ਰਿਹਾ ਤੇ ਇਹਨੂੰ ਟਰੱਕ ਵਾਲੇ ਦੇ ਨਾਲ ਉਹਨੇ ਟਰੱਕ ਨਹੀਂ ਇਹਨੂੰ ਦਿੱਤਾ ਉਹ ਕਹਿੰਦਾ ਕਿਸੇ ਸਿਆਣੇ ਬੰਦੇ ਨੂੰ ਲੈ ਕੇ ਆ ਮੇਰੇ ਹਸਬੈਂਡ ਗਏ ਨੇ ਫਿਰ ਮੇਰੇ ਨਾਲ ਇਹਨੇ ਆਣ ਕੇ ਗੱਲ ਕਰਾਈਏ ਤੇ ਉਹ ਕਹਿੰਦਾ ਆਂਟੀ ਮੈਂ ਤੁਹਾਡੇ ਬਾਰੇ ਸੁਣ ਲਿਆ ਵੇ ਤੁਹਾਡੇ ਬੱਚਿਆਂ ਬਾਰੇ ਵੀ ਸਾਰਾ ਕੁਛ ਤੁਸੀਂ ਨਾਈਸ ਹੋ ਇਹ ਬਦਮਾਸ਼ੀ ਮੈਂ ਭੋਲਦਾ ਵੇ ਮੈਂ ਇਹਨੂੰ ਟਰੱਕ ਨਹੀਂ ਦੇਣਾ ਤੇ ਮੇਰੇ ਕਹੇ ਤੇ ਉਹਨਾਂ ਨੇ ਟਰੱਕ ਦਿੱਤਾ ਵੇ ਤੇ ਇਹ ਗੱਲਾਂ ਕਰਦਾ ਵੇ ਪਿੱਛੇ ਇਹਨਾਂ ਦੀ ਇੰਨੀ ਕੁ ਦੁਕਾਨ ਹੈ ਜਿੰਨਾ ਕੁ ਆਪਣਾ ਆਪਾਂ ਕਹਿੰਦੇ 2.5 ਬਾਥਰੂਮ ਤੇ ਛੋਟੇ ਜਿਹੇ ਬਾਥਰੂਮ ਜਿੰਨੀ ਦੁਕਾਨ ਹੈ ਸੁਨਿਆਰੇ ਥੋੜਾ ਨੇ ਉਹ ਸੋਨਾ ਜਿਹੜਾ ਲੋਕੀ ਵੱਡੇ ਵੱਡੇ ਦੁਕਾਨਾਂ ਵਾਲੇ ਨੇ ਉਹ ਜਿੱਦਾਂ ਕੋਈ ਦੇ ਦਿੰਦੇ ਨੇ ਵੀ ਆ ਲਓ ਤੁਸੀਂ ਇਹਨੂੰ ਕੰਮ ਕਰ ਦੋ ਤੇ ਸਾਨੂੰ ਦੇ ਦੋ ਜਿੱਦਾਂ ਕੋਈ ਸੁਨਿਆਰੇ ਜਿਹੇ ਪਤਾ ਨੀ ਪਗਲਾਉਂਦੇ ਸੋਨਾ ਚੋ ਵੀ ਛੋਟੀ ਜਿਹੀ ਦੁਕਾਨ ਹੈ ਇਹਦੇ ਤਾਏ ਚਾਚੇ ਅਮੀਰ ਜ਼ਰੂਰ ਹੈਗੇ ਨੇ
गलबात भी है नी ते जो कर रेंट जो कर हम चार महीने कहना मेरी रोटी च कुछ पाते रहे चार महीने तेरे पेरेंट्स इंडिया तो आके रेंदे रहे ना ते मैं किथे इन्हां दे घर जाके रोटी बनांदी रही ओ कहंदे कि घर विच टिफिन आउंदा सीगा कि रोटी जब खांदे सी रोटी इन्नी कौड़ी लगदी सी उस तों बाद मेरी छाती विच दर्द होण लग पिया बाकी साहब रोटी कौड़ी लगदी ही चार महीने दे मम्मी डैडी घर रहे ने मैं कितों रोटी इन्होंने घर बना तुर जाना ही अपने कुड़मा जिदा में मैं रोटी जाके कहना ही सस सर मैं अभी तो दलीज भी नहीं लंघी घर चार महीने दोष लाया बहुत बड़ा मैं जी सस होंगी एंड रिजल्ट बिलकुल दोष सारे झूठे एक परसेंट भी सही नहीं तुम वीडियो मैसेज वेखो कले ने इन कह सा भी मैसेज को कल असी किसी ने इज्जत इनी सब प्यारी है जी मदर ला होंगी जी सस होंगी चाहे कुड़ी दी मां होंगी यार दोस्त किसी ना ले दी दो महीने भी बनी है चार केस यार दोस्तों ने पुलिस दे लाए ने ते असी 30 साल हो गए ने अमेरिका विच दसो असी किसी निर्भर ना हो हाए भी नहीं कह के ओए भी नहीं किया सानू इन्ने साडे ने किन्नी वार पुलिस जा चुका तुहाडा जवाई हां जी पर ए जेल किन्नी वार जा चुका जेल विच ते बस दो वारी गया सी ते पैर ते परमिशन जी लगी सी ते कोर्ट कचहरी ते वीडियो शूट कदी आए भी नहीं जेड़े ने राह सानू विखाते सानू इंडिया भी इतने लड़ाइया झगड़िया गन्ना गुना दी गल्ला करता रहिंदा मैं गन्ना ना मार दे रहा इहदी परवरिश होई है माड़ी मुंडिया दे नाल रहिंदा रहा घर च कोई काम नहीं करता पांच छे पड़े है वारा गर्दी करता रहा एक फार्म नहीं है भर सकता हुण इहनू तां ही लगा कुड़ी कवर करदी रही 15-16 साल मेरी बेटी काजर हॉस्पिटल मेरी नूं लैके गई ते उत्थे तुहानू पता ही है इन्हें मेरी कुड़ी का पर्स खिंचिया उहनूं कहिंदा साइड तों गल कर दे कुड़ी ने पुलिस दे ऑर्डर ले सी ते उह कहिंदी मैं नहीं तेरे कोल आ सकदी फॉलो करता रहा साडे घर कोल गड्डी खलारी सी किधरे ते इह उह गईआं ने ते पार्किंग लाट विच शराब नहीं पीती बिलकुल घड़े पींदा कला ही कहिंदा मैं हुण काम च पीण लगा वा पर इन्हें जो थोड़ी धी के उपर हाथ चुकिया ब्लीडिंग गई है और पूरे खून ना लिबड़ी पई थोड़ी धी मैं टेलीविजन टेलीकास्ट में दस रही हूं वीडियो टली है तो अचानक ही बाथरूम कुड़ी गई है तो किधर वीडियो होनी थी और कहती मम्मी तू वेख नहीं सकती कुड़ी तो मैं कल वेखी तो मैनू पैनिक अटैक हो गया मैं तो वेख के हैरान हो गई भी तू इदा के बंदे को पहला क्यों नहीं छड़िया इन्ना तेरा खून निकल दिया वे मैं हैरान है कि थोड़े दिल का टुकड़ा थोड़े दिल का जिगर अपने सस सो ते विश्वास नहीं करती मैं इनू सांझी फैमिली विच काम करती हुंदी सी जिद्दां पहला ओल्ड फैमिली हुंदी सी मैं कहना मैं कुड़ी नू लई लई नाल काम करना मैं जरा इन घंटा सुखविंदर जी एक मिनट है होल्ड ऑन तुसी हां जी दिन रोल छड्डी साडी कुड़ी ठीक है सुखविंदर जी क्योंकि थोड़ी वाइफ थोड़ी लड़की दे नाल मैं उस मुंडे दी गल नहीं कर सकदा थोड़े जवाई दी
और थोड़े नाल कोई भी कोर्ट ऑर्डर तो नहीं गलबात करने मैं क्या थोड़े नाल तो केस नहीं है थोड़ी लड़की नाल केस है बहाने मारदा वे एदी गल कराओ तुसी सारी साडी फैमिली नाल मेरे नाल भी कराओ गर्शन एक सेकंड ने लाइन ते लेके ऑफ प्लीज फॉरन और होट बहाने छोवे किदा आया वे एदे बहाने हासे खेदे ने इनू इज्जत दा नहीं पता है इज्जत छाल दीती है ने साडी सारी सुखी जी होल्ड करो और मैं करदा मैथल किता पिंदा वे ते मैथ मैथ पिंदा पता नहीं संदे पता नहीं हुन नशे ने पता लगा बेटे मेरे होल्ड ऑन होल्ड इनू होल्ड रखो जी असि गौरव नागी जी तुसी लाइन ते हो हां जी भाई सत श्री अकाल जी की हाल थवाडी सस हां गिन्नी गिन्नी बोल हुन मैं शराब कदी पीती है तू अपने मां प्यो दी कसम खा के कह ते मैं कह नहीं तेरा पैसा केड़ा सी वरतिया वे तेरे को पैसे हमेशा 10,000 डालर तेन घर लैन वास्ते दिता वे लिमो दे जरू 5,000 रूबल ने दिता वे ते बच्चे मेरे काम क्यों नहीं करते तू 4 महीने विच मैं तेन केड़ा यार खवाया तेरे मम्मी डैडी रेंदे रहे ने ते तेरे मम्मी डैडी दे विच मैं रोटी खवांदी रही तेरी मां पिंदी है तेन फिर यार इन्होंने सवाल पासी दा तुसी करो मैं तेन सारे जवाब दूंगा हां जी ए नहीं हां हां तू छांदी पांड एनीवे अपने गौरव जी तुसी थानू उच्ची बोलो गौरव जी थोड़ी आवाज नहीं आ रही उच्ची बोलो हां जी हुन आ रही है जी हां जी सस जी कहंदे ने और थोड़ी मां है बेटा और थोड़ा रिश्ता जोड़ना मैं तोड़ना नहीं गया और थोड़ी जेड़ी सस दी मां हुंदी आ तुसी दोष लाए ओ कहंदे से शराब पींदे नहींगे तुसी शराब दा दोष लाया क्यों लाया बोलो ਭਾਜੀ ਜਿਨ੍ਹਾਂ ਨੇ ਆਪਣੇ ਮੂੰਹ ਕਹਿ ਰਹੇ ਆ ਅਸੀਂ ਲੀਕਰ ਸਟੋਰ ਰਨ ਕੀਤੇ ਆ ਸਾਰੀ ਉਮਰ ਫਿਰ ਕਹਿੰਦੇ ਅਸੀਂ ਨਵੇਡਾ ਚ ਰਹੇ ਆ ਨਵੇਡਾ ਰੀਨੋ ਦੇ ਵਿੱਚ ਗੈਂਬਲਿੰਗ ਪਲੇਸ ਆ ਕਸੀਨੋ ਵਾਸਤੇ ਉੱਥੇ ਮੂਵ ਹੋਏ ਸੀ ਤੇ ਨੰਬਰ ਮੈਂ ਤੂੰ ਗੈਂਬਲਿੰਗ ਦੀ ਗੱਲ ਛੱਡ ਤੂੰ ਪਹਿਲਾਂ ਇਹ ਲੈਣ ਤੇ ਆ ਵੀ ਤੂੰ ਮੈਂ ਸ਼ਰਾਬ ਪੀਣੀ ਹੈ ਤੂੰ ਇਹ ਗੱਲ ਦਾ ਗੈਂਬਲਿੰਗ ਦਾ ਮਤਲਬ ਤੂੰ ਕਰਨਾ ਵੇ ਗੈਂਬਲਿੰਗ ਦਾ ਮੈਂ ਕਰ ਜਿਹੜੀ ਕੁੜੀ ਨਾਲ ਝਗੜੇ ਚ ਗੋਦੀ ਉਹ ਗੱਲ ਕਰ ਇੱਜ਼ਤ ਇੱਦਾਂ ਨਾ ਛਾਲ ਗੈਂਬਲਰ ਜਿਹਨੂੰ ਤੈਨੂੰ ਮੈਂ ਲੈ ਕੇ ਆਈ ਸੀ ਤੇ ਨਵਾਦਾ ਵਿੱਚ ਹੈ ਗੈਂਬਲਰ ਸਾਡੀ ਤੌਰ ਤੇ ਮਸ਼ੀਨਾਂ ਸੀ ਤੇ ਨੰਬਰ 2 ਜਦੋਂ ਕੋਈ ਮੇਰੇ ਹੱਥ ਰਹਿੰਦੇ ਇਹਨੂੰ ਘਰ ਰਹਿਣ ਵਾਸਤੇ ਨਹੀਂ ਪਰਮਿਸ਼ਨ ਦਿੱਤੀ ਸੀ ਸੁਣੋ ਜੀ ਪਤਾ ਨਹੀਂ ਕਿਸ ਏਰੀਏ 'ਚ ਅਸੀਂ ਗਏ ਸੀ ਸਿਕੰਦਰ ਹੋਟਲ ਵਿੱਚ ਇਹਨੂੰ ਕਮਰਾ ਲੈ ਕੇ ਦੇਣਾ ਸੀ ਤੇ ਉੱਥੇ ਅਚਾਨਕ ਹੀ ਨਿਕਲਿਆ ਕੀਤਾ ਵੇ ਤੇ ਫਿਰ ਗੈਂਬਲਰ ਗੈਂਬਲਰ ਦੇ ਵਿੱਚ ਗੱਲ ਕੇ ਕਰਨਾ ਵੇ ਤੂੰ ਜਿਹੜੀ ਗੱਲ ਵੇ ਘਰ ਦੀ ਫੈਮਿਲੀ ਦੀ ਹੋਈ ਉਹ ਗੱਲ ਕਰ ਜਰ ਤੂੰ ਮਾਰਦਾ ਰਿਹਾ ਕੁੜੀ ਨੂੰ ਤੇ ਕੁੜੀ ਨੂੰ ਹੋਲਡ ਔਨ ਦੀ ਜੁੱਤੀ ਸਮਝਿਆ ਵੇ ਤੇ ਨਸ਼ੇ ਕਰਨਾ ਵੇ ਉਹ ਦੱਸ ਤੂੰ ਯਾਰ ਖਾਦਾ ਉਹ ਦੱਸ ਗੈਂਬਲਰ ਨੂੰ ਤੂੰ ਇੱਕ ਸਾਈਡ ਤੇ ਰੱਖ गौरव जी मैं चाहना थानू जोड़ा जा रिश्ते टूटे हुए गौरव तुसी की कहना चाहते अपनी माता जी नू चुप करोगे तेरी गल तुरूगी प्लीज तुसी हुण बोलना जिन चक मैं कहिंदा नहीं उन चक तुसी बिल्कुल बोलना अपने बच्चे एक मिनट सिकंदर तुसी बोलना नहीं गया अपने गौरव जी तुसी गल करोगे सिकंदर जी ਤੁਸੀਂ ਬਿਲਕੁਲ ਗੱਲ ਮੁੰਡਾ ਹੁਣੇ ਬੋਲਿਆ ਪਹਿਲੀ ਗੱਲ ਦੇਖੋ ਕੋਰਟ ਦੇ ਸਟੇਨਿੰਗ ਤੁਹਾਨੂੰ ਝੂਠ ਬੋਲਦੇ ਪਏ ਆ ਫੋਨ ਦੇ ਉੱਪਰ ਕਿ ਸਟੇਨਿੰਗ ਆਰਡਰ ਨਹੀਂ ਹੈਗੇ ਔਰ ਸ਼ਰੇਆਮ ਝੂਠ ਬੋਲਦੇ ਪਏ ਪੇਪਰ ਮੈਂ ਜੇਲ੍ਹ ਚੋਂ ਗਿਆ ਮੈਂ ਇਹਨਾਂ ਕਰਕੇ ਇਹਨਾਂ ਨੇ ਸਟੇਨਿੰਗ ਆਰਡਰ ਲਿਖਤੇ ਆ ਜਿਹੜੀ ਤੁਹਾਨੂੰ ਇਹ ਵੀਡੀਓ ਦੀ ਗੱਲ ਕਰ ਰਹੇ ਆ ਭਾਜੀ ਤੁਹਾਨੂੰ ਉਹਦੀ ਸੱਚਾਈ ਵੀਡੀਓ ਬਾਰੇ ਹਜੇ ਪੂਰੀ ਨਹੀਂ ਪਤਾ ਔਰ ਵੀਡੀਓ ਤੁਸੀਂ ਅੱਧੀ ਦੇਖੀ ਇਹਨਾਂ ਨੇ ਕੱਟ ਕੇ ਤੁਹਾਨੂੰ ਭੇਜੀ ਆ ਪੂਰੀ ਵੀਡੀਓ ਤੁਸੀਂ ਦੇਖੀ ਨਹੀਂ ਹੈਗੀ ਕਿ ਉਹ ਕਾਹਦੇ ਵਾਸਤੇ ਉਹ ਕੰਮ ਹੋਇਆ ਸੀ ਤੇ ਜਿਸ ਦਿਨ ਤੁਸੀਂ ਕਹਿ ਰਹੇ ਹੋ ਮੇਰੀ ਵਾਈਫ ਦੇ ਸੱਟ ਲੱਗੀ ਆ सेम डे इन्हू तो कुछ पता नहीं है मेरी वाइफ न मतलब जो तुम गल करना चाहोगे तो कर लियो मेरी उंगल सेम डे चाकू के नाल वड्डी सी वो किन्ने वड्डी सी किद्दां वड्डी सी और सेम डे आपां दोनों होस्पिटल गए सी और गल्लां बाद दीआं मैं पर घर मैं बसाण वास्ते मैं तुहानू ना शो ते आया सी गिन्नी तू थोड़ा जा अपना ब्रेन थोड़ा ठीक कर बाकी नंबर 2 जो तू वाइन टूर का कहना वे वाइन टूर से मेरी मूह सी नाल जो साडे पिंड दी कुड़ी है साडी दोती ਲੱਗਦੀ ਜਿਹਦੇ ਨਾਲ ਇਹ ਬਲੇਮ ਲਾਉਂਦਾ ਪਿਆ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ।
ਬਾਸੀ ਸਾਹਿਬ ਅੰਦਰ ਜਲ ਤੇ ਇਹ ਬੰਦਾ ਬਹੁਤ ਝੂਠਾ ਵੇ ਇਹਨੂੰ ਇਹਦੇ ਹੱਥ ਵਿੱਚ ਹੁਣ ਕੁਛ ਨੀ ਇਹ ਚਾਰ ਕੇਸ ਤੇ ਇਹਦੇ ਫਰਿੰਦਾ ਨੇ ਪਾਏ ਨੇ ਪੁਲਿਸ ਦੇ ਤੇ ਕੱਲ ਜਦੋਂ ਹਸਪੀਟਲ ਸਿਕਿਉਰਿਟੀ ਵਾਲੇ ਨੇ ਕਾਲ ਕੀਤੀ ਸੀ ਕੁੜੀ ਦਾ ਪਰਸ ਖਿੱਚਦਾ ਪਿਆ ਸੀ ਹਾਂ ਇਹ ਬੰਦਾ ਡੰਨ ਵੇ ਇਹ ਬਿਲਕੁਲ ਪਤਾ ਪੁਲਿਸ ਨੂੰ ਵੀ ਪਤਾ ਹੈ ਰਿਕਾਰਡ ਹੈਗੇ ਤੇ ਜੇ ਵੀਡੀਓ ਤੂੰ ਬਣਾਈ ਹੈ ਵੀਡੀਓ ਤੂੰ ਦੇਖੇ ਤੂੰ ਬਣਾਈ ਹੈ ਜੇ ਫੋਨ ਵੀਡੀਓ ਹੈ ਤੂੰ ਭੇਜ ਤੂੰ ਹੀ ਬਣਾਈ ਵੀਡੀਓ ਹੈ ਥਾਂ ਘਰ ਵਿੱਚ ਕੁਛ ਹੈ ਵੀ ਨਹੀਂ ਤੇ ਲਾਈਨ ਬੰਦ ਨੂੰ ਹੋਲਡ ਕਰ ਦੋ ਪਲੀਜ਼ ਹਾਂਜੀ जी लाइन बंद एनी वे मैं लाइन बंद होल्ड किया सुखविंदर जी सुन गए और सुखविंदर जी पार्टिसिपेट नहीं कर सुखविंदर जी सुनो अच्छा हम दसो सुखविंदर जी सुन रहे लाइन से आप जी की सस नहीं आप जी की मां है और ख्याल रखना कि बिदर और इन बनाया मां बड़ी बार इन्होंने मेरे को एक बार मतलब कि मैं कहते $10,000 दे दे ते मैनू पैसे चाहिए मैं मेरे को इन्ने नहीं है इन्हों $2,000 दिता तो मैं इन्होंने कहा मतलब कि मैं जे $2,000 ना मां बनती भी क्योंकि मेरे शुरू तो इन्हों का रिलेशन बढ़िया नहीं क्योंकि ये हमेशा ही इदा ही गल्ला करते हैं और ऑन एयर इन्होंने जो जी वर्ड यूज किया हमने वो इन्ना गंदा वर्ड है मतलब कि इन्होंने नॉर्मल तरीके तुहाडे सामने किया हमने इन वास्ते गल्ला नॉर्मल इन्हों की कोई इज्जत नहीं हैगी ਤੁਸੀਂ ਇਦਾਂ ਕਰੋ ਜਿਹੜਾ ਇਹਨਾਂ ਨੇ ਸਟੋਰ ਵੇਚਿਆ ਸੀ ਟਾਊਨ ਐਂਡ ਕੰਟਰੀ ਲੀਕਰ ਹੇਵਰਡ ਦੇ ਵਿੱਚ ਜਿੱਥੇ ਕਹਿੰਦੇ ਅਸੀਂ ਰਨ ਕੀਤਾ ਵਾ ਹੁਣੇ ਇਸ ਟਾਈਮ ਉਹ ਜਨਾਨੀ ਨਾਲ ਕੰਟੈਕਟ ਕਰੋ ਉਹਨੂੰ ਫੋਨ ਲਾਓ ਔਰ ਉਹਨੂੰ ਪੁੱਛੋ ਇਹਨਾਂ ਦੀ ਰੈਪੂਟੇਸ਼ਨ ਕੀ ਹੈ ਉਹਨੇ ਧੱਕੇ ਮਾਰ ਮਾਰ ਕੇ ਇਹਨੂੰ ਆਪਣੇ ਸੋਚੋ ਸਟੋਰ ਵਿੱਚੋਂ ਬਾਹਰ ਕੱਢਿਆ ਇਹ ਚੈਪਟਰ ਨਹੀਂ ਕਿ ਸਾਡਾ ਕੀ ਹੈ ਸਾਡਾ ਚੈਪਟਰ ਇਹ ਹੈ ਤੁਸੀਂ ਇਹ ਦੋਸ਼ ਲਾਏ ਸੀ ਕਿ ਬੇਟਾ ਕਿ ਮੇਰੀ ਜਿਹੜੀ ਸੱਸ ਹੈ ਉਹ ਸ਼ਰਾਬ ਪੀਂਦੀ ਹੈ ਉਹਨੇ ਕਹਿੰਦਾ ਮੈਂ ਬਿਲਕੁਲ ਟੱਚ ਨਹੀਂ ਕਰਦਾ ਪੀਂਦੇ ਆ ਜੀ ਬਿਲਕੁਲ ਪੀਂਦੇ ਆ ਔਰ ਨਸ਼ੇ ਵੀ ਕਰਦੇ ਨਾਰਕੋ ਦੀਆਂ ਗੋਲੀਆਂ ਖਾਂਦੇ ਆ ਔਰ ਨਾਰਕੋ ਦੀ ਗੋਲੀਆਂ ਵੇਚਦੇ ਆ ਔਰ ਮੇਰੇ ਕੋਲ ਪ੍ਰੂਫ ਆ ਉਸ ਚੀਜ਼ ਦੇ ਕੌਣ ਵੇਚਦੇ ਨੇ ਆ ਮੇਰੇ ਬ੍ਰਦਰ ਨਾਲ ਵੇਚਦੇ ਨਹੀਂ ਨਹੀਂ ਡਾਟਰ ਬਾਲ ਜੁਰ ਬ੍ਰਦਰ ਨਾਲ ਇਨਵੋਲਵ ਨਾ ਕਰ ਆਪਣੀ ਸੱਸ ਨਾਲ ਗੱਲ ਕਰ ਸੱਸ ਲਾਈਨ 'ਚ ਨੇ ਤੁਸੀਂ ਉਹਨਾਂ ਨੂੰ ਦੋਸ਼ ਲਾ ਰਹੇ ਹੋ ਉਹ ਕਹਿੰਦੇ ਸਰ ਸ਼ਰਾਬ ਨੂੰ ਟੱਚ ਨਹੀਂ ਕਰਦੇ ਇਹ ਤੁਸੀਂ ਮੈਨੂੰ ਸਾਬਤ ਕਰੋ ਇਹ ਭਾਈ ਦੇਖੋ ਹੁਣ ਜਿੱਦਾਂ ਮੈਂ ਇੱਧਰ ਬੈਠਾ ਮੈਂ ਇਹ ਆਪਣੇ ਘਰ ਬੈਠੇ ਆ ਔਰ ਹੁਣ ਇਹਨਾਂ ਨੂੰ ਪਤਾ ਜੋ ਦੌਰ ਚੱਲ ਰਿਹਾ ਵਾ ਇਹ ਤਾਂ ਸਭ ਨਸ਼ੇ ਪੱਤੇ ਛੱਡ ਕੇ ਬੈਠੇ ਆ ਇਸ ਟਾਈਮ ਸਾਰੇ ਪਰ ਜੋ ਇਹਨਾਂ ਦੇ ਘਰ ਦੇ ਵਿੱਚ ਹੁੰਦਾ ਵਾ ਉਹ ਮੈਨੂੰ ਪਤਾ ਵਾ ਮੇਰੀ ਵਾਈਫ ਨੂੰ ਪਤਾ ਮੇਰੇ ਤੁਸੀਂ ਆਪਣੇ ਤੁਹਾਡੀ ਇੱਕ ਵੀਡੀਓ ਮਿਲੀ ਆ ਜਿਸ ਦੇ ਵਿੱਚ ਇਹ ਸਾਫ਼ ਹੁੰਦਾ ਆ ਮੈਂ ਉਹ ਟੈਲੀਕਾਸਟ ਨਹੀਂ ਕਰ ਸਕਦਾ ਮੈਂ ਚਾਹਤ ਕਰ ਵੀ ਸਕਦਾ ਬਟ ਉਹ ਨਹੀਂ ਕਰਾਂਗਾ ਹਾਲੇ ਮੈਂ ਕਿਉਂਕਿ ਵੀਡੀਓ ਦੇ ਵਿੱਚ ਤੁਹਾਡੀ ਵਾਈਫ ਜਿਸ ਨੇ ਤੁਸੀਂ ਚਾਰ ਲਾਵਾਂ ਲਈਆਂ ਜਿਸ ਲੜਕੀ ਨੇ ਤੈਨੂੰ ਮੁਹੱਬਤ ਕੀਤੀ ਪਿਆਰ ਕੀਤਾ ਲਾਵਾਂ ਲਈਆਂ ਤੁਸੀਂ ਮੰਦਿਰ ਗਏ ਜਾਂ ਗੁਰਦੁਆਰਾ ਸਾਹਿਬ ਗਏ ਉਹਨਾਂ ਨੇ ਤੈਨੂੰ ਅਮਰੀਕਾ ਵਿੱਚ ਸੱਦਿਆ ਅਮਰੀਕਾ ਵਿੱਚ ਆਣ ਕੇ ਤੇਰੇ ਬਦਲ ਲਓ ਤੇਰੀ ਸੱਸ ਜੀ ਨੇ ਤੈਨੂੰ ਏਅਰਪੋਰਟ ਤੇ ਰਿਸੀਵ ਕੀਤਾ ਤੈਨੂੰ ਸੈਟਲਮੈਂਟ ਕੀਤਾ ਹੋਲਡ ਆਨ ਪਲੀਜ਼ ਹੋਲਡ ਆਨ ਸਟਾਪ ਇਟ ਤੁਹਾਨੂੰ ਉਹਨਾਂ ਨੇ $10,000 ਦਿੱਤਾ ਆ ਔਰ ਆਪਣੇ ਘਰ ਵਾਲੇ ਤੋਂ ਪੁੱਛ ਕੇ ਔਰ ਘਰ ਤੁਸੀਂ ਦੱਸਿਆ ਕੋਈ ਦੋਸਤ ਤੋਂ ਲਿਆ ਆਪਣਾ ਘਰ ਲਿਆ ਫਿਰ ਤੁਸੀਂ ਲਿਮੋ ਦੱਸਿਆ ਉਹਦੇ ਲਈ ਹੈ ਇਹ ਤੁਹਾਡੀ ਸੱਸ ਨੇ ਕਿਹਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਸਾਰਾ ਕੁਛ ਜਿਹੜਾ ਆ ਤੁਸੀਂ ਉਹਨਾਂ ਨੂੰ ਫੇਸਬੁੱਕ ਤੇ ਗਸਤੀ ਕਹਿ ਰਹੇ ਹੋ ਆਪਣੀ ਵਾਈਫ ਨੂੰ ਹਾਊ ਯੂ ਡੂ ਦਿਸ ਥਿੰਗਸ ਤੁਸੀਂ ਕਿਉਂ ਕਰ ਵਾਈ ਡੂਇੰਗ ਦਿਸ ਨੌਨਸੈਂਸ ਭਾਈ ਉਹ ਜਿਹੜੇ ਮੇਰੀ ਫੇਸਬੁੱਕ ਹੈ ਕੀਤੀ ਪਿਛਲੇ 4 ਮਹੀਨਿਆਂ ਤੋਂ ਮੈਂ ਆਲਰੇਡੀ ਫੇਸਬੁੱਕ ਤੇ ਲਿਖ ਕੇ ਪਾਇਆ ਸੀ ਕਿ ਇਹਨਾਂ ਨੇ ਮੇਰੀ ਇਹਨਾਂ ਤੋਂ ਮੇਰੀ ਵਾਈਫ ਕੋ ਮੇਰੇ ਸਾਰੇ ਪਾਸਵਰਡ ਆਈਡੀਆਂ ਇਹੀ ਯੂਜ਼ ਕਰਦੀ ਹੈ ਕਿਉਂਕਿ ਜਿਹੜੇ ਮੇਰੇ ਮਦਰ ਇਨ ਲਾ ਕਹਿ ਰਹੇ ਆ ਕਿ ਘੱਟ ਪੜਿਆ ਬਾਕੀ ਹੀ ਮੈਂ ਘੱਟ ਪੜਿਆ ਮੈਂ ਇਸ ਕਰਕੇ 17 ਸਾਲ ਇੱਥੇ ਕੋਈ ਬਿੱਲ ਵੀ ਨਹੀਂ ਤਾਰਿਆ ਉਹ ਮੇਰੀ ਵਾਈਫ ਹੀ ਤਾਰਦੀ ਸੀ ਇਹ 'ਚ ਕੋਈ ਝੂਠ ਨਹੀਂ ਹੈਗਾ ਸਾਰਾ ਹੈਂਡਲ ਉਹੀ ਕਰਦੀ ਸੀ ਔਰ ਮੈਂ ਅੱਖਾਂ ਮੀਟ ਕੇ ਟਰੱਸਟ ਵੀ ਤਾਂ ਹੀ ਕੀਤਾ ਸੀ ਕਿ ਉਹ ਮੈਨੂੰ ਇੱਥੇ ਲੈ ਕੇ ਆਈ ਹੈ ਔਰ ਅਸੀਂ ਆਪਾਂ ਮੈਂ ਤੇ ਬਲਾਈਂਡ ਫੇਥ ਕੀਤਾ ਔਰ ਮੈਂ ਅੱਜ ਵੀ ਉਹਨੂੰ ਮਾੜਾ ਨਹੀਂ ਕਹਿੰਦਾ ਪਿਆ ਮੈਂ ਤੁਹਾਡੇ ਸਾਰਿਆਂ ਸਾਹਮਣੇ ਕਹਿੰਦਾ ਉਹ ਮਾੜੀ ਨਹੀਂ ਹੈਗੀ ਪਰ ਜਿੱਦਾਂ ਇਹ ਬੰਦਿਆਂ ਦੇ ਨਾਲ ਇਨਵੋਲਵ ਹੈ ਗੌਰਵ ਜੀ ਮੈਂ ਦੱਸੋ ਕਿ ਤੁਸੀਂ ਇਹ ਗੱਲ ਬੜੇ ਧਿਆਨ ਨੋਟ ਕਰ ਲਓ ਤੁਸੀਂ ਆਪਣੀ ਵਾਈਫ ਦੇ ਜਿਹੜੀ ਸਾਡੀ ਵੀਡੀਓ ਮਿਲੀ ਆ ਉਹ ਇੰਨਾ ਲਹੂ ਲਹਾਨ ਚਿਹਰਾ ਆ ਉਹਨਾਂ ਦੇ ਸਟਿਚਸ ਲੱਗੇ ਨੇ ਸੀ ਮੇਰੇ ਡਾਕਟਰ ਨੇ ਲਾਏ ਆ ਔਰ ਬਲੱਡ ਦੇ ਨਾਲ ਉਹ ਪੂਰਾ ਫੇਸ ਲਿਬੜਿਆ ਪਿਆ ਵਾਲ ਖਿਲਰੇ ਪਏ ਆ ਤੁਹਾਨੂੰ ਮਿਹਨਤ ਕਰ ਰਹੀ ਆ ਉਹ ਕਿਹੜਾ ਸੀਨ ਹੈ ਕੀ ਕਿਉਂ ਕੀਤੀ ਐਡੀ ਵੱਡੀ ਗਲਤੀ ਇੱਕ ਔਰ ਤੁਸੀਂ ਦੇਖੋ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਤੁਸੀਂ ਇੱਕ ਵਾਰ ਤੁਸੀਂ ਕੁੱਟਿਆ ਸੀ ਵਾਈਫ ਨੂੰ ਯੈਸ অর ਨੋ ਭਾਈ ਮੈਂ ਸਾਡੀ ਉੱਥੇ ਝੜਪ ਹੋਈ ਸੀ ਦੋਨਾਂ ਦੀ ਕਿਉਂਕਿ ਐਡੀ ਵੱਡੀ ਝੜਪ ਇਹ ਤੁਸੀਂ ਬਾਰਡਰ ਦੀ ਲੜਾਈ ਲੜ ਰਹੇ ਸੀਗੇ ਇਹ ਪਾਕਿਸਤਾਨ ਤੇ ਇੰਡੀਆ ਲੜਾਈ ਸੀ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਕਿ ਮੈਂ
हैसियत खराब नहीं करना चाहता। मैं वो चीज मैं तुम दसी ना तो अद्धी वीडियो है, पूरी वीडियो नहीं है। पर उन्होंने सर पाटा पाया, सारा शरीर जो लहु लहान होया पाया है भाजी। भाजी तुम इन्हों पुछ सकते हैं कि वह वीडियो बनाई किन्ने से, वीडियो बनाई भी मैं सी, और उन्होंने पूछ सकते हैं कि इन्होंने होश उस हिसाब से पुलिस को बुला के फिर मैंने अंदर क्यों नहीं कराया जे मैं इन्ना गलत काम किया। थोड़े उधर उंगली क्यों कट्टी दसो ना बोलो भाजी। मैं कहना कि मैं इज्जत मैं किसी की नहीं खराब करना चाहता, क्योंकि मैंने हजे भी लगता कि मैं शायद इन्होंने मेरा घर बस जाएगा, पर मेरा सहुरा परिवार मेरा घर बसन नहीं दे रहे। और जिहड़ियां गल्लां झूठी एलीगेशन लाई जा रहे हैं इदा सी उदा सी भाई, जदों दा आया मैं जिहड़ी टैक्स रिटर्न झूठ नहीं बोल जी, मैं दो दो लाख ढाई ढाई लाख डालर का टैक्स रिटर्न भरिया वा, और मेरी वाइफ मेरे नाल है। इन्होंने मेरी रुपये की दवानी की हेल्प नहीं की, मेरे सहुरे ने तो मैंने बुलाया ही नहीं दस साल, अपनी कमाल का यार पढ़े हो तुम हालात पहली गल दी नहीं ना इन्होंने धी का अपने ब्याह के आई है मेरे इंडिया कुछ भी है यार धी तो उन्होंने। हाँ जी बिल्कुल बिल्कुल सजू अपने जे तू चाहता बेटा तो अपने आप नू अपनी कड़त्तर नू अपने गुस्से नू पीण की कोशिश कर, जो तू अपना घर बसाना है तो जे तू जेल में रहना दैट्स योर चॉइस। आई वॉन्ट के यू मस्ट लर्न हाउ टू टॉक टू द पर्सन प्लीज काइंडली। ओके मैं लाइन बंद तो दियो जी ना बच्चा ना सजाया वे जेड़ा मां प्यो वे जेड़ा दो बच्चों लैके नहीं बच्चों लैके तो इतने धी हुए मैं सुती पी रोनी हाँ भी तेरे इन्ने माड़े लेख ने तो असं वसाना चाहते। मैं फिर भी सोचती सी दो दिन पहला भी मैं सस होके पैर डिग जाऊंगी गिनी जे मेरी धी का कसूर है जीरो कर दो, जे तेरा कसूर है जीरो कर दो, रिपीट ना करो। तो तू हूं तक अपने मां प्यो न कितना प्यार करना वे, तो कुड़ी साडे कोल आई मां प्यो समझ के तुम आ 12 साल के बच्चों क्यों रोलते हो, इन्हों मां प्यो का प्यार नहीं मिलना, असी किन्ने क दिन बैठे रहना वे। मैं इन्नी लंबी सोच सोचती मैं पैनिक अटैक होंगे, मैं रोनी हाँ ये भाने त मां इन्हों रवाज होएगा भी धी का घर उजाड़ना। मैं जो इन्हों का घर जाती सी ना तो मैं कहना कमल किन्ना सोना वे, तो कहना तेरी मां जैलस करती साढ़े वाल वेख के दसो, कोई मां भी इतना जैलस करती धी के घर वेख के, नाले मैं ही इन्हू वसाण वाली मैं ही इन्हू अमेरिका च लिया वाली, तो मैं ही इन्हू इन इदा करना सी, जो मैं करना सी मैं पहले ही कर लेना सी, जो लोगों को पता नहीं लगा गुप्त कोर्ट मैरिज हुई मैं उदू इन अमेरिका च नहीं सी बासी साहब लियाना। जे मैं अपने सुखविंदर जी जो ये थोड़े घर जी मैंने वीडियो भेजी गई थोड़े द्वारा मैं कंसर्न रखना ब्लीडिंग जगी है थोड़ी धी का सारा सर जरा बासी साहब कल कुड़ी ने डर ने दस नहीं मेरी माने मर जा रहा इन्हें लादा ना पाली सारे शहर नु वीडियो भेजी है इन्होंने होर भेजिए जिनी तू अपनी इज्जत आप छाली है तू दस दे जे तू ना 15 साल च एक बंदा भी खड़ा कर दे तेरे बारे असी कोई क्या साडा जवाई माड़ा वे को तू पहला स्टार्ट किया वे ते फिर सानू सारी स्टोरी तेरी दसनी पई है। तू साडे गवान जा के जेडे तेन बुलांदे भी नहीं ते तू उन्होंने घर जा के साडी गल्ला करना है घर वसाण वाली गल्ला ने बच्चे तेरे नु लियाने छोटिया नु वो डरदे जांदे नहीं कहंदे गिल्ली पापा को अभी नहीं जाना साडी मम्मी नु मार देगा छोटे जे 12 साल दे बच्चे वेखो ਤੁਸੀਂ ਅਸੀਂ ਲੈਣ ਤੇ ਲਿਆ ਲੈਣੇ ਬੱਚਿਆਂ ਦੋਨਾਂ ਨੂੰ ਨਹੀਂ ਨਹੀਂ ਬੱਚਿਆਂ ਗੱਲ ਹੀ ਕਰਾਂਗੇ ਕਿੰਦੇ ਅੰਦਰ ਨੇ ਗੱਲਾਂ ਸਕਾਂਦਾ ਨਾਨੀ ਕੀ ਕਹਿੰਦੀ ਏ ਤੇ ਤੁਹਾਨੂੰ ਨਾਨੀ ਕਿੱਦਾਂ ਕਰਦੀ ਏ ਉਹਨਾਂ ਨੂੰ ਛੋਟੇ ਰਹਿਣ ਦਿਓ ਜਿੰਨੀ ਜਿੰਨੀ ਤੂੰ ਬਹੁਤ ਕੁਝ ਕੀਤਾ ਵੇ ਤੈਨੂੰ ਪੁੱਤ ਬਣਾਇਆ ਸੀ ਨਾ ਕਰ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਨਾਲੇ ਸਾਡੇ ਕਿੰਨੀ ਲਰਜੀ ਹੈ ਨਹੀਂ ਤੁਹਾਡੀਆਂ ਸਟੋਰੀਆਂ ਕਿਉਂ ਬਣਾਈਆਂ ਸ਼ੋਅ ਤੇ ਕਿਉਂ ਆਇਆ ਤੂੰ ਤੇ ਇੱਜ਼ਤਦਾਰ ਹੁੰਦਾ ਨਾ ਤੇ ਤੂੰ ਅੱਛਾ ਠਹਿਰ ਜਾ ਤੂੰ ਤੇ ਮੈਨੂੰ ਕਦੀ ਮੰਮੀ ਕਿਹਾ ਹੀ ਨਹੀਂ ਮਦਰ ਇਨ ਲਾ ਕਮਲ ਦੀ ਮੰਮੀ ਮੱਥਾ ਵੀ ਕਦੀ ਟੇਕਿਆ ਇੰਨੀਆਂ ਨੇ ਗੰਦੀਆਂ ਗੱਲਾਂ ਤੂੰ ਕਹਿ ਦੇ ਨਾ ਤੇ ਜਿਹੜੇ ਬੰਦੇ ਤੇ ਇਲਜ਼ਾਮ ਲਾਏ ਨੇ ਕਿ ਅੱਖ ਮਟੱਕਾ ਕਰਦਾ ਉਹਨੂੰ ਤੇ ਤੂੰ ਭਰਾ ਬਣਾਏ ਅਸੀਂ ਸਾਡੇ ਪਿੰਡ ਦੀ ਕੁੜੀ ਏ ਸਾਡੇ ਰਿਸ਼ਤੇਦਾਰ ਨੇ ਉਹ ਮੁੰਡਾ ਇੰਨਾ ਖਾਂਦਾ ਨਹੀਂ ਬੰਦਾ ਵੇ ਤੇ ਤੂੰ ਜਨਾਨੀਆਂ ਵਿੱਚ ਆਪ ਬਹਿਣਾ ਵੇ ਤੇ ਉਹ ਮੁੰਡਿਆਂ 'ਚ ਖੇਡਦਾ ਹੁੰਦਾ ਤੂੰ ਤੇ ਜਨਾਨੀਆਂ 'ਚ ਬਹਿ ਕੇ ਗੱਲਾਂ ਕਰਨਾ ਵੇ ਤੂੰ ਕਿੰਨੀ ਮੇਰੀ ਮਾਂ ਨੂੰ ਮੇਰੀ ਨਹੀਂ ਮੇਰੀ ਮਾਂ ਨੂੰ ਕਿੰਨੀ ਕਿੰਨੀ ਬੈਡ ਗੱਲਾਂ ਕਹਿਣਾ ਵੇ ਤੇ ਮੈਂ ਕਹਿੰਦੀ ਸਾਲੇ ਆਪ ਲੱਗਦੀ ਚੱਲ ਕੋਨੀ ਆ ਤੇਰਾ ਪਿੱਛਾ ਕਿੱਦਾਂ ਦਾ ਤੇਰਾ ਆਹ ਕਿੱਦਾਂ ਦਾ ਵੇ ਮੈਨੂੰ ਕਹਿੰਦੀ ਮੰਮੀ ਆ ਕਿੱਦਾਂ ਦੀਆਂ ਗੱਲਾਂ ਕਰਦਾ ਇੰਨੀ ਭਲੀ ਮਾਂ ਕੁੜੀ ਸੀ ਤੇ ਜੇ ਨਹੀਂ ਇੰਨੀਆਂ ਤੂੰ ਇਲਜ਼ਾਮ ਲਾਏ ਨੇ ਆ ਤੂੰ ਘਰ ਵਸਾਉਣ ਵਾਲੀਆਂ ਗੱਲਾਂ ਕੀਤੀਆਂ ਨੇ ਤੇ ਹੁਣ ਤੂੰ 4 ਮਹੀਨੇ ਹੋ ਗਏ ਨੇ ਮੇਰੀ ਕੁੜੀ ਆਈ ਏ ਤੇ ਤੂੰ ਹੱਟਾ ਕੱਟਾ ਵੇ ਤੇ ਤੂੰ ਟਰੱਕ ਇੱਕ ਤੇਰਾ ਟਰੱਕ ਤੂੰ ਕਹਿੰਦਾ ਟਰੱਕਿੰਗ ਕੰਪਨੀ ਏ ਤੈਨੂੰ ਪਤਾ ਟਰੱਕਿੰਗ ਕੰਪਨੀ ਕਿਹਨੂੰ ਕਹਿੰਦੇ ਨੇ
जिन्होंने ज्यादा ट्रक हो तेरे को एक किस्त नहीं दी गई ट्रक की तू कहना मेरा पैसा यूज कर दे रहे सुखविंदर जी स्टॉप इट नाउ ओके स्टॉप इट ओके सुखविंदर जी प्लीज सर तुम बोथ बोथ पार्टी स्टॉप इट ओके आई हैव ओनली 10 मिनट्स पब्लिक ओपिनियन ली सुखविंदर जी हम तुम बेनती मेरी कबूल करोगे तुम बिल्कुल नहीं बोलोगे अपने की नाम थोड़ा तुम की ना लेंगे छोटा जहा जैली की ना लेंगे सुखविंदर आप थोड़े जवाई का नाम की छोटा जिमी जिमी गिन्नी 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 I don't know एक तो नाम बहुत ज्यादा ने तो मेनू में समझ नहीं आ रहा जिमी जिदा गिन्नी बुक कहिदा गिन्नी ओ गिन्नी हां जी ओके गिन्नी है गिन्नी यू मस्ट स्टॉप इट नाउ थोड़ी वाइफ नु ल्यावांगा पर थोड़ी वाइफ थोड़े ना गल नहीं करावांगा क्योंकि थोड़ी कोर्ट ऑर्डर है देखो जेडियां गल्लां करन दे आ मैं ओ कुड़ी नु एदा नहीं चाहंदा कि ओदी इज्जत हजे भी खराब होवे एनीवे कुड़ी नु सी टाइम दे होल्डर ओके स्टॉप स्टॉप इट स्टॉप इट गिन्नी स्टॉप इट ले आके कुड़ी दी इज्जत खराब करके जेडी कुड़ी दा मां प्यो दी बेइज्जती करना ते भावां दी करना ते कुड़ी दी इज्जत कुड़ी जड़ी हुंदी पेरेंट्स नाल ओके मेरी वाइफ दा पता ओ किद्दां दी है एनीवे गिन्नी गिन्नी जस्ट स्टॉप इट नाउ कहना 4 महीने 4 महीने ਤੇ ਤੇਰੀ ਮੰਮੀ ਦੀ ਹੈ ਤੇ ਰੋਟੀ ਮੈਂ ਕਿ ਤੈਨੂੰ ਕਿੱਥੇ ਖਵਾਉਂਦੀ ਰੀਆਂ ਤੇਰੀ ਛਾਤੀ ਤੇ ਦਰਦ ਹੋਣੀ ਸੀ ਤੇ ਤੇਰਾ ਕਿੱਥੇ ਪ੍ਰੂਫ ਡਾਕਟਰ ਕੋ ਗਿਆ ਐਂਬੂਲੈਂਸ ਤੇ ਗਿਨੇ ਹਟ ਜਾ ਅੱਗਾ ਨਾ ਕਰ ਇਦਾਂ ਦੀਆਂ ਗੱਲਾਂ ਆਪਣੇ ਸੁਖਵਿੰਦਰ ਜੀ ਸੁਖਵਿੰਦਰ ਭੈਣ ਜੀ ਆਪਣੇ ਸੁਖਵਿੰਦਰ ਭੈਣ ਜੀ ਤੁਸੀਂ ਬਿਲਕੁਲ ਨਹੀਂ ਬੋਲਣਾ ਜਿੰਨ ਚੱਕ ਮੈਂ ਤੁਹਾਨੂੰ ਆਗਿਆ ਨਹੀਂ ਦਊਂਗਾ ਓਕੇ ਇਹਨਾਂ ਨੇ ਚੁੱਪ ਕਰ ਓਕੇ ਓਕੇ ਗਿਨੀ ਯੂ ਮਸਟ ਸਟਾਪ ਇਟ ਜਿੰਨੇ ਚਿਕ ਮੈਂ ਨਹੀਂ ਕਹੂੰਗਾ ਤੁਸੀਂ ਬੋਲੋਗੇ ਜਦੋਂ ਮੈਂ ਤੁਹਾਡੇ ਨਾਲ ਹੋਊਗਾ ਉਸ ਵੇਲੇ ਬੋਲੋਗੇ ਮੇਰਾ ਸਿਸਟਮ ਹੈ ਮਰਿਆਦਾ ਨੇ ਤੁਹਾਡੀ ਲਾਈਨ ਮੈਂ ਕੱਟ ਦੂੰਗਾ ਤੇ ਮੈਂ ਸ਼ੋਅ ਨੂੰ ਪ੍ਰੋਸੀਡ ਕਰ ਸਕਦਾ ਮੈਂ ਪੂਰੀ ਰਾਈਟਸ ਮੈਂ ਲੈ ਚੁੱਕਾ ਆਲਰੇਡੀ ਤੁਹਾਡੇ ਕੋਲ ਐਡਸ ਕੋ ਜੇ ਜਿੰਨੇ ਚਿਕ ਮੈਂ ਤੁਹਾਡੇ ਨਾਲ ਲਊਗਾ ਉਹਨੇ ਤੁਸੀਂ ਬੋਲੋਗੇ ਨਹੀਂ ਸੋ ਸੁਖਵਿੰਦਰ ਭੈਣ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਤੁਸੀਂ ਮੇਰੇ ਸਤਿਕਾਰਯੋਗ ਹੋ ਸਤਿਕਾਰਯੋਗ ਤੁਹਾਡਾ ਜਵਾਈ ਵੀ ਹੈ ਔਰ ਤੁਸੀਂ ਜਿੰਨੇ ਚਿਕ ਤੁਹਾਡਾ ਨਾਂ ਨਹੀਂ ਲਿਆ ਜਾਂਦਾ ਉਹਨਾਂ ਚਿਕ ਤੁਸੀਂ ਬਿਲਕੁਲ ਨਹੀਂ ਬੋਲਣਾ ਗ੍ਰਿਸ਼ਨ ਪਲੀਜ਼ ਲਾਈਨ ਨੂੰ ਹਣ ਅਟੈਂਡ ਕਰੋ ਆਓ ਅਸੀਂ ਕਾਲਰ ਨੂੰ ਬੇਨਤੀ ਕਰੀਏ ਕਿ ਅਸੀਂ ਜੋ ਤੁਸੀਂ ਸੁਣਿਆ ਸਾਡੀ ਕਾਲਰ ਆਪਣੀ ਪਬਲਿਕ ਓਪੀਨੀਅਨ ਦੇਣ ਅਤੇ ਆਪਣੇ ਮਾਈਂਡ ਨੂੰ ਦੱਸਣ ਉਹਨਾਂ ਮਾਈਂਡ ਦੇ ਵਿੱਚ ਕੀ ਆ ਸੋ ਆਓ ਅਸੀਂ ਇਸ ਨੂੰ ਪ੍ਰੋਸੀਡ ਕਰਦੇ ਹਾਂ